सबसक्राइब करो निडर आवाज टीवी नू ते ताजा वीडियोस पाउन ले बैल दा बटन दबाओ। पिंड मखी कलां विखे घरेलू झगड़े नू लैके सिख बजुर्ग दे केस अते दाड़े दी कीती बेअदबी। विरोधी धिर ने दोषां नू नकारिया। जांच पूरी होने तो बाद करांगे सख्त कार्रवाई। थाना मुखी गुरनेक सिंह। थाना कच्चा पक्का विखे दरखास्त दिंदे पिंड मखी कला दे वासी निर्मल सिंह पोतर गुरदयाल सिंह ने पत्रकारां नाल गलबात करदिआं दस्सिआ कि उह गुरद्वारा साहिब बाबा शहीद पिंड मखी कला विखे बतौर ग्रंथी वजो सेवा निभा रहे हन अते उसकी एक धी आस्ट्रेलिया विखे रह रही है। निर्मल सिंह ने दस्सिआ कि गुआंढ नाल गली विच बनाई पार्क नू लैके झगड़ा हो गया, जिस तों बाद गुरसाहिब सिंह पुत्र सतनाम सिंह अते दुपिंदर सिंह पुत्र सतनाम सिंह ने उन्हां दी कुटमार करदिआं दाड़े अते केसां दी बेअदबी कीती है। उधर इस मामले संबंधी सूचना मिलदिआं सत्कार कमेटी सर्कल भिखीविंड दे सेवादार भाई रणजीत सिंह उदो के मौके ते पहुंचे अते उन्हां सख्त ताड़ना कीती कि जेकर उक्त व्यक्ति दोषी पाए गए ता धार्मिक सज़ा लगा के बनती कार्रवाई की जाएगी। दूजे पासे जदों विरोधी धिर दुपिंदर सिंह नाल गलबात की तां उक्त व्यक्ति ने दोषां नूं सिरे तों नकारदिआं निर्मल सिंह नूं गलत दस्सिआ अते कहा कि इस दे घर हनेरे सवेरे गलत औरतां आउंदियां हन। इस मामले संबंधी जदों नवनियुक्त SHO गुरनेक सिंह नाल गलबात की तां उन्हां कहा कि जेकर केसां दी बेअदबी करन वाले व्यक्ति दोषी पाए गए तो सख्त कार्रवाई की जाएगी। निर्मल सिंह सराना गुरदयाल सिंह। अच्छा जी, की घटना वापरी है ताडे नाल जी? ना थां तो रोकिया, थां दे बजुर्ग ने जो मेरे नाम गल पै गए। कौन कौन सी जी? बदनाम सिंह, अपना दविंदर सिंह सानू सतनाम सिंह, गुरसाहब सिंह सानू सतनाम सिंह। इस दे संबंध च तुसीं थाने किसे दरखास्त दित्ती है? हाँ जी दित्ती है। की उन्हां कहा की कोई हुण तक कारवाई? उन्हां कल फैसले जी, मैनूं तरीक मंगी, तरीक दे दी, कल फैसला होंदा मैं कीता नहीं। ਠੀਕ ਹੈ, ਕੀ ਹੁਣ ਕੀ ਇਨਸਾਫ ਦੀ ਮੰਗ ਕਰਦੇ ਜੀ? ਇਨਸਾਫ ਦੀ ਮੰਗ, ਕੇਸਾਂ ਦੀ ਬਰਦੀ ਦੀ ਮੰਗ ਕਰਦਾ, ਜੋ ਵੀ ਸਰਕਾਰ ਦਵਾ ਦੂ ਮੈਨੂੰ। ਪਿੰਡ ਮੱਖੀ ਕਲਾਂ ਦੇ ਵਿੱਚ ਕੀ ਘਟਨਾ ਵਾਪਰੀ ਜਿਹੜੀ ਕਰਕੇ ਆਏ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਅੱਜ ਜੋ ਗ੍ਰੰਥੀ ਆਪਣਾ ਸਿੰਘ ਆ, ਆਪਣਾ ਨਿਰਮਲ ਸਿੰਘ, ਜੋ ਗੁਰਦੁਆਰਾ ਸਾਹਿਬ ਵਿੱਚ ਨਿਤਨੇਮ ਵੀ ਕਰਦਾ, ਉਹਨਾਂ ਦੇ ਹੀ ਅੱਜ ਘਰ ਪਹੁੰਚੇ, ਜਿੱਥੇ ਕਿ ਥੋੜ੍ਹੇ ਕੁਝ ਦਿਨ ਤੋਂ ਪਹਿਲਾਂ ਉਹਨਾਂ ਦੇ ਹੀ ਪਰਿਵਾਰ ਚਾਚੇ ਭਰਾ ਦੇ ਲੜਕਿਆਂ ਨੇ, ਭਤੀਜਿਆਂ ਨੇ ਉਹਨਾਂ ਦੇ ਕੇਸਾਂ ਦੀ ਅਤੇ ਦਸਤਾਰ ਦੀ ਬੇਅਦਬੀ ਕੀਤੀ ਆ। ਕੁਝ ਜਬਰੀ ਉਹਨਾਂ ਦੀ ਜਿਹੜੀ ਗਲੀ ਸੀ ਉਹਨਾਂ ਦੇ ਵਿੱਚ ਖੰਡ ਕਰ ਕਾਰਨ ਉਹਨਾਂ ਦੇ ਗਲ ਵੀ ਪੈ ਗਏ ਆ, ਅਤੇ ਬਹੁਤ ਦੁਖਦਾਈ ਘਟਨਾ ਕੀਤੀ ਆ, ਬਹੁਤ ਹੀ ਨਿੰਦਣਯੋਗ ਆ। ਅਤੇ ਜੇ ਇਹ ਜੋ ਵੀ ਆ ਸਿੱਖੀ ਰਹਿਤ ਮਰਿਆਦਾ ਅਨੁਸਾਰ ਇਹਨਾਂ ਨੂੰ ਜਿਹੜੇ ਦੋਸ਼ੀ ਆ ਇਹਨਾਂ ਨੂੰ ਸਜ਼ਾ ਵੀ ਦਵਾਈ ਦਿਓ। ਠੀਕ ਹੈ, ਤਾਂ ਉਹਨਾਂ ਨੇ ਤੁਹਾਡੇ 'ਤੇ ਦੋਸ਼ ਲਾਏ ਆ ਕਿ ਤੁਸੀਂ ਉਹਨਾਂ ਦੇ ਕੇਸਾਂ 'ਤੇ ਦਾੜੇ ਦੀ ਬੇਅਦਬੀ ਕੀਤੀ, ਕੀ ਮਾਮਲਾ? ਨਹੀਂ ਜੀ, ਕੋਈ ਬੇਅਦਬੀ ਨਹੀਂ ਕੀਤੀ, ਸਰਾਸਰ ਝੂਠ ਆ। ਇੱਕ ਨੰਬਰ ਦਾ ਬੰਦਾ ਖਰਾਬ ਆ ਜੀ, ਉਹ ਜਨਾਨੀਆਂ ਲਿਆ ਕੇ ਇੱਥੇ ਰੋਜ਼ ਵਰਤਦਾ ਜੀ, ਭਾਵੇਂ ਸਾਰੇ ਪਿੰਡ 'ਚੋਂ ਪੁੱਛ ਲਿਓ, ਚੌਥੀ ਪੰਜਵੀਂ ਜਨਾਨੀ ਆ। ਜਿਹੜੀ ਜਨਾਨੀ ਲਿਆਉਂਦਾ ਪਹਿਲਾਂ ਇੱਕ ਦਿਆਲਪੁਰੇ ਦੀ ਸੀ, ਮੈਂ ਉਹਨਾਂ ਦੇ ਬੰਦੇ ਉਸੋ ਸਾਰੇ ਇਕੱਠੇ ਕਰਕੇ ਤੁਹਾਨੂੰ ਵੀਡੀਓ ਬਣਾ ਕੇ ਸਵੇਰੇ ਨਾਲ ਪੇਸ਼ ਕਰ ਦੂੰਗਾ ਜੀ, ਉੱਥੇ ਮੈਂ ਸਾਰੇ ਬੰਦੇ ਸਵੇਰੇ ਇਕੱਠੇ ਕਰ ਲੈਂਦਾ। ਉਹ ਜਨਾਨੀ ਇਹਨੇ 2 ਸਾਲ ਯੂਜ ਕਰਕੇ ਉਹਦਾ ਐਕਸੀਡੈਂਟ ਕਰਾ ਕੇ ਮਾਰਤੀ ਆ ਜੀ, ਠੀਕ ਹੈ ਜੀ। ਇੱਕ ਜਨਾਨੀ ਇਹਨੇ ਹੋਰ ਲਿਆਂਦੀ ਹੈ ਜੀ ਇੱਥੋਂ, ਉਹਦਾ ਮੈਂ ਸਾਰਾ ਐਡਰੈਸ ਪਤਾ ਕਰਕੇ ਉਹਦਾ ਸਾਰਾ ਤੁਹਾਨੂੰ ਦੱਸ ਦਿੰਦਾ ਜੀ। ਉਹ ਲਿਆ ਕੇ ਇਹਨੇ ਇੱਥੇ ਯੂਜ ਕਰਦਾ ਰਿਹਾ ਲੋਕਡਾਊਨ 'ਚ 3 ਮਹੀਨੇ। ਸਰ, ਜੇ ਉਹ ਇੱਦੇ ਗਲਤ ਸੀ ਤਾਂ ਤੁਸੀਂ ਥਾਣੇ ਦਰਖਾਸਤ ਦਿੱਤੀ ਹੋਈ? ਅਸੀਂ ਦਰਖਾਸਤ, ਗਾਲਾਂ ਕੱਢਦਾ ਸਾਨੂੰ ਰੋਜ਼, ਅਸੀਂ ਧੀਆਂ ਭੈਣ ਵਾਲੇ ਹਾਂ, ਅਸੀਂ ਆਪਦੀਆਂ ਕੰਧਾਂ ਨਹੀਂ। ਉਹਦੇ ਸੰਬੰਧ ਵਿੱਚ ਦਰਖਾਸਤ ਦਿੱਤੀ ਹੈ? ਦਰਖਾਸਤ ਨਹੀਂ ਦਿੱਤੀ ਜੀ, ਬਾਕੀ ਜੀ ਦਰਖਾਸਤ ਦੇਣ ਦੀ ਗੱਲ ਹੁੰਦੀ ਸੀ। ਉਹ ਜਿਹੜੀ ਜਨਾਨੀ ਲੋਕਡਾਊਨ ਤੋਂ ਬਾਅਦ ਗਈ ਆ, ਉਹਦੇ ਬਾਅਦ 'ਚ ਕਹਿੰਦਾ ਮੈਂ ਜਨਾਨੀ ਹੋਰ ਲਿਆਉਣੀ ਆ। ਦਰਖਾਸਤ ਦੀ ਗੱਲ ਚੱਲਣ ਦੀ ਸੀ, ਮੈਂ ਆਪਣੀ ਭੈਣ ਨਾਲ ਫੋਨ 'ਤੇ ਗੱਲ ਕਰਨ ਦੀ ਗੱਲ ਸੋਚਣ ਦਿਆ, ਇਹਨੇ ਪਹਿਲਾਂ ਹੀ ਇਹਦੇ ਪੈਲੀ ਲਈ ਠੇਕੇ ਦੇ ਉਹਨਾਂ ਨਾਲ ਗੱਲ ਹੁੰਦੀ ਸੀ ਇੱਦਾਂ ਇੱਦਾਂ। ਨਹੀਂ ਨਹੀਂ, ਮੰਨ ਲਓ 6 ਮਹੀਨੇ ਹੋ ਗਏ ਤੁਸੀਂ ਕਹਿ ਰਹੇ ਜੇ ਇਹ ਗਲਤ ਸੀ, ਇਹ ਬੜੇ ਲੋਕਾਂ ਲੇਡੀ 'ਚ ਲਿਆਉਂਦਾ ਰਿਹਾ, ਉਹਦੇ ਸੰਬੰਧ 'ਚ ਤਾਂ ਕੋਈ ਥਾਣੇ ਜਾਂ ਕਿਸੇ ਮੋਹਤਬਾਰ ਲੋਕਾਂ ਨੂੰ ਦੱਸਿਓ? ਸਰ ਜੀ, ਸਾਰੇ ਪਿੰਡ ਨੂੰ ਪਤਾ ਹੈ, ਸਾਰੇ ਇਹਨੂੰ ਗਾਲਾਂ ਕੱਢਦੇ, ਸਾਰੇ ਰੋਕਦੇ। ਹਾਂਜੀ, ਦੱਸਿਆ ਜੀ, ਪਿੰਡ ਦੇ ਸਰਪੰਚ ਸਾਹਿਬ ਨੇ ਵੀ ਦੱਸਿਆ, ਸਾਰਿਆਂ ਨੂੰ ਦੱਸਿਆ, ਸਾਰੇ ਗਾਲਾਂ ਕੱਢਦੇ। ਬਾਕੀ ਇਹਨੂੰ ਜਦੋਂ ਰੋਕੀਦਾ ਇਹ ਗਾਲੀਆਂ, ਕਹਿੰਦਾ ਤੁਹਾਨੂੰ ਝੂਠੇ ਕੇਸ 'ਚ ਫਸਾ ਦੂੰਗਾ, ਆਹ ਝੂਠੇ ਕੇਸ 'ਚ ਫਸਾ ਰਿਹਾ, ਕੋਈ ਇਹਦੀ ਬੇਅਦਬੀ ਨਹੀਂ ਕੀਤੀ, ਕਿਸੇ ਨੇ ਇਹਨੂੰ ਹੱਥ ਨਹੀਂ ਲਾਇਆ ਜੀ। ਇਸ ਤਰ੍ਹਾਂ ਜੀ, ਦਰਖਾਸਤ ਸਾਡੀ ਆਈ ਹੈ ਸਾਡੇ ਥਾਣੇ ਵਿੱਚ ਨਿਰਮਲ ਸਿੰਘ ਵੱਲੋਂ। ਹਾਂਜੀ, ਉਸਦੇ ਭਤੀਜੇ ਹੀ ਲੱਗਦੇ ਆ। ਹਾਂਜੀ,
ਇਹ ਦਰਖਾਸਤ ਅਸੀਂ ਪੜਤਾਲ ਕਰ ਰਹੇ ਹਾਂ। ਜੋ ਦਰਖਾਸਤ ਤੋਂ ਸਹੀ ਤੱਥ ਸਾਹਮਣੇ ਆਉਣਗੇ ਉਹਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਸਬਸਕ੍ਰਾਈਬ ਕਰੋ ਲੀਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।